ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਹਾੜੀ ਦੀਆਂ ਫਸਲਾਂ ਦੇ ਮੁੱਲ ਨੂੰ ਲੈ ਕੇ ਸੀਐਮ ਮਾਨ ਦੇ ਵੱਲੋਂ ਕੇਂਦਰ ਨੂੰ ਇੱਕ ਚਿੱਠੀ ਲਿਖੀ ਗਈ ਹੈ। ਦਰਅਸਲ ਕਣਕ ਦਾ ਭਾਅ ਜੋ ਕਿ ਵਧਾਉਣ ਦੀ ਮੰਗ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਹਾੜੀ ਦੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਕਣਕ ਦਾ ਭਾਅ ਜੋ ਕਿ 3104 ਰੁਪਏ ਪ੍ਰਤੀ ਕੁਇੰਟਲ ਤੱਕ ਤੈਅ ਕੀਤਾ ਜਾਵੇ। ਉੱਥੇ ਹੀ ਦੱਸ ਦਈਏ ਕਿ ਫਸਲ ਉਤਪਾਦਨ ਦੇ ਲਈ ਜਿਹੜੀ ਲਾਗਤ ਹੈ ਉਸਦੇ ਆਧਾਰ 'ਤੇ ਸਾਲ 2025 ਅਤੇ 26 ਦੇ ਲਈ ਇਸ ਨਵੇਂ ਰੇਟ ਦੀ ਮੰਗ ਕੀਤੀ ਗਈ ਹੈ। ਕਣਕ ਦੇ ਮੁੱਲ ਨੂੰ ਵਧਾਉਣ ਦੀ ਸਿਫਾਰਿਸ਼ ਸੀਐਮ ਮਾਨ ਨੇ ਕੀਤੀ ਹੈ ਤਾਂ ਇਸ ਦੇ ਨਾਲ ਦੱਸ ਦਈਏ ਕਿ ਇੱਕ ਚਿੱਠੀ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੈਂਟਰ ਸਰਕਾਰ ਨੂੰ ਲਿਖੀ ਗਈ ਹੈ, ਜਿਸ ਦੇ ਵਿੱਚ 2025 ਅਤੇ 26 ਦੇ ਲਈ ਕਣਕ ਦਾ ਰੇਟ 3104 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਫਿਲਹਾਲ ਦੇ ਲਈ ਜਿਹੜਾ ਸਮਰਥਨ ਮੁੱਲ ਹੈ ਉਹ 2275 ਰੁਪਏ ਹੈ ਅਤੇ ਸਰਕਾਰ ਨੂੰ ਉਮੀਦ ਹੈ ਕਿ ਇਸ ਦੇ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਸੁਧਰੇਗੀ। ਤਾਂ ਕਿਸਾਨਾਂ ਦੇ ਲਈ ਇੱਕ ਰਾਹਤ ਵਾਲੀ ਖਬਰ ਹੈ ਜਿੱਥੇ ਕੇਂਦਰ ਸਰਕਾਰ ਨੂੰ ਸੀਐਮ ਮਾਨ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ, ਜਿਸ ਚਿੱਠੀ ਦੇ ਵਿੱਚ ਹਾੜੀ ਦੀਆਂ ਫਸਲਾਂ ਦਾ ਸਮਰਥਨ ਮੁੱਲ ਜਿਹੜਾ ਉਸਨੂੰ ਵਧਾਉਣ ਦੀ ਮੰਗ ਕੀਤੀ ਗਈ ਹੈ। ਤਾਂ ਸਭ ਤੋਂ ਪਹਿਲਾਂ ਜੇਕਰ ਕਣਕ ਦਾ ਜ਼ਿਕਰ ਕਰਦੇ ਹਾਂ ਤਾਂ ਕਣਕ ਦਾ ਜਿਹੜਾ ਸਮਰਥਨ ਮੁੱਲ ਹੈ ਵਧਾਉਣ ਦੀ ਮੰਗ ਨੂੰ ਲੈ ਕੇ ਇੱਕ ਚਿੱਠੀ ਲਿਖੀ ਜਾਂਦੀ ਹੈ, ਜਿਸ ਦੇ ਵਿੱਚ 2025-26 ਦੇ ਲਈ ਕਣਕ ਦਾ ਰੇਟ 3104 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਦੀ ਸਿਫਾਰਿਸ਼ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਦੇ ਅੱਗੇ ਕੀਤੀ ਗਈ ਹੈ। ਦਰਅਸਲ ਹਰ ਸਾਲ ਹੀ ਸਰਕਾਰ ਦੇ ਵੱਲੋਂ ਹਾੜੀ ਅਤੇ ਸਾਉਣੀ ਦੀਆਂ ਫਸਲਾਂ 'ਤੇ ਲਾਗਤ ਦੇ ਲਈ ਘੱਟੋ ਘੱਟ ਜਿਹੜਾ ਸਮਰਥਨ ਮੁੱਲ ਹੈ ਉਹ ਤੈਅ ਕੀਤਾ ਜਾਂਦਾ ਹੈ ਅਤੇ ਕੇਂਦਰ ਨੂੰ ਭੇਜਿਆ ਜਾਂਦਾ ਹੈ। ਇਸੇ ਵਿਚਾਲੇ ਜਿਹੜੀ ਪੰਜਾਬ ਸਰਕਾਰ ਹੈ ਇਸ ਦੇ ਵੱਲੋਂ ਇਸ ਵਾਰ ਜਿਹੜੀ ਚਿੱਠੀ ਕੇਂਦਰ ਨੂੰ ਭੇਜੀ ਗਈ ਹੈ, ਜਿਸ ਦੇ ਵਿੱਚ ਕਣਕ ਸਮੇਤ ਹੋਰ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਸਮਰਥਨ ਮੁੱਲ ਨੂੰ ਵਧਾਉਣ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ ਸਾਰੇ ਰਾਜਾਂ ਤੋਂ ਜਿਹੜੀਆਂ ਦਰਾਂ ਪ੍ਰਾਪਤ ਹੁੰਦੀਆਂ ਨੇ ਉਸ ਦੇ ਆਧਾਰ 'ਤੇ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਉਸੇ ਦੇ ਆਧਾਰ 'ਤੇ ਜਿਹੜੇ ਰੇਟ ਨੇ ਉਹ ਤੈਅ ਹੁੰਦੇ ਨੇ। ਪਰ ਇਸ ਵਾਰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਸਮਰਥਨ ਮੁੱਲ ਹੈ ਵਧਾਉਣ ਨੂੰ ਲੈ ਕੇ ਕੇਂਦਰ ਨੂੰ ਚਿੱਠੀ ਲਿਖੀ ਗਈ ਹੈ, ਜੋ ਤੋਂ ਲੈ ਕੇ ਛੋਲਿਆਂ ਤੱਕ ਦੀਆਂ ਫਸਲਾਂ ਦੇ ਰੇਟ ਨੂੰ ਵਧਾਉਣ ਦੀ ਮੰਗ ਹੋਈ ਹੈ। ਪੰਜਾਬ ਸਰਕਾਰ ਨੇ ਜੋ ਦੀ ਫਸਲ ਦੇ ਲਈ 2450 ਰੁਪਏ ਦੇਣ ਦੀ ਮੰਗ ਕੀਤੀ ਹੈ। ਦਰਅਸਲ ਇਸ ਦਾ ਪਿਛਲੇ ਸਾਲ ਦਾ ਰੇਟ 1850 ਰੁਪਏ ਤੈਅ ਕੀਤਾ ਗਿਆ ਸੀ। ਤਾਂ ਇਸੇ ਤਰ੍ਹਾਂ ਛੋਲਿਆਂ ਦਾ ਰੇਟ ਵਧਾ ਕੇ 6775 ਰੁਪਏ ਕਰਨ ਦੀ ਮੰਗ ਹੋਈ ਹੈ। ਫਿਲਹਾਲ ਦੇ ਲਈ ਰੇਟ 5440 ਰੁਪਏ ਹੈ। ਉਧਰ ਹੀ ਸਰੋਂ ਦੀ ਫਸਲ ਜਿਸਦਾ ਸਮਰਥਨ ਮੁੱਲ ਵਧਾਉਣ ਦੀ ਮੰਗ ਹੋਈ ਹੈ, ਤਾਂ ਰਾਜ ਦੇ ਵਿੱਚ ਜੋ ਛੋਲਿਆਂ ਅਤੇ ਬੀਜਾਂ ਦਾ ਉਤਪਾਦਨ ਘੱਟ ਹੈ, ਅਜਿਹੀ ਸਥਿਤੀ ਦੇ ਵਿੱਚ ਇਹਨਾਂ ਫਸਲਾਂ ਦੀ ਲਾਗਤ ਨਿਰਧਾਰਤ ਕਰਨ ਦੇ ਲਈ ਜਿਹੜੀ ਰਾਜਸਥਾਨ ਦੀ ਉਤਪਾਦਨ ਲਾਗਤ ਨੂੰ ਆਧਾਰ ਬਣਾਇਆ ਜਾਂਦਾ ਹੈ, ਤਾਂ ਪੰਜਾਬ ਸਰਕਾਰ ਨੇ ਰਾਜਸਥਾਨ ਦੀ ਲਾਗਤ ਦੇ ਵਿੱਚ ਵੀ 10% ਦਾ ਵਾਧਾ ਕੀਤਾ ਹੈ। ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ 50% ਦਾ ਹਾਸ਼ੀਆ ਵੀ ਵਧਾਇਆ ਗਿਆ। ਹਾਲਾਂਕਿ ਹੁਣ ਪਿਛਲੇ ਸਾਲ ਦੇ ਨਾਲ ਜੇਕਰ ਇਸ ਨੂੰ ਜੋੜੀਏ ਤਾਂ ਕਣਕ ਦੇ ਰੇਟ ਦੇ ਵਿੱਚ 150 ਰੁਪਏ ਦਾ ਵਾਧਾ ਕਰਨ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ। ਕੇਂਦਰ ਨੂੰ ਇੱਕ ਚਿੱਠੀ ਸੀਐਮ ਮਾਨ ਦੇ ਵੱਲੋਂ ਲਿਖੀ ਗਈ ਹੈ ਤਾਂ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਮਿਲ ਸਕਦੀ ਹੈ ਜੇਕਰ ਕੇਂਦਰ ਦੇ ਵੱਲੋਂ ਇਸ ਚਿੱਠੀ 'ਤੇ ਗੌਰ ਕੀਤਾ ਜਾਂਦਾ ਹੈ। ਦਰਅਸਲ ਹਰ ਸਾਲ ਹੀ ਦੱਸ ਦਈਏ ਕਿ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਜਿਸਦਾ ਸਮਰਥਨ ਮੁੱਲ ਤੈਅ ਕਰਨ ਦੇ ਲਈ ਜਿਹੜੇ ਵੱਖ ਵੱਖ ਰਾਜ ਨੇ ਉਹਨਾਂ ਦੇ ਵੱਲੋਂ ਜੋ ਰਿਪੋਰਟ ਭੇਜੀ ਜਾਂਦੀ ਹੈ ਉਸੇ ਦੇ ਆਧਾਰ 'ਤੇ ਕੇਂਦਰ ਸਰਕਾਰ ਸਮਰਥਨ ਮੁੱਲ ਤੈਅ ਕਰਦੀ ਹੈ। ਤਾਂ ਇਸ ਵਾਰ ਪੰਜਾਬ
ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਸਮਰਥਨ ਮੁੱਲ ਹੈ ਉਹ ਵਧਾਉਣ ਦੀ ਸਿਫਾਰਿਸ਼ ਕੇਂਦਰ ਦੇ ਅੱਗੇ ਕੀਤੀ ਗਈ ਹੈ। ਕਣਕ ਦਾ ਭਾਅ 3104 ਰੁਪਏ ਤੈਅ ਕਰਨ ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਜੇਕਰ ਕੇਂਦਰ ਇਸ ਚਿੱਠੀ 'ਤੇ ਗੌਰ ਕਰਦਾ ਹੈ ਤਾਂ ਕਿਸਾਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੋ ਸਕਦੀ ਹੈ।